ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਮੋਟਰਾਂ ਦਾ ਅਰਥ ਜੇ ਸਾਥੀਓ ਮੋਟਰਾਂ ਦਾ ਨਹੀਂ ਆ ਤੇ ਪਾਣੀ ਪਾ ਕੇ ਸਾਫ਼ ਕਰ ਲਈਆ। ਇੱਧਰ ਆਪਾਂ ਕੁੱਜਾ ਧਰ ਦਿੱਤਾ ਵਾ, ਠੀਕ ਆ, ਚੁੱਲ੍ਹੇ ਦੇ ਉੱਤੇ ਵਿੱਚ ਪਾਣੀ ਪਾਇਆ ਹੋਇਆ ਵਾ। ਪਾਣੀ ਦੇ ਦੇ ਸਕਦੇ ਹੋ, ਆਪਣਾ ਪੂਰਾ ਰਜਦਾ ਹੋ ਗਿਆ ਵਾ। ਹੁਣ ਇਹਦੇ ਵਿੱਚ ਆਪਾਂ ਦਾਲ ਪਾ ਦੇਣੀ ਆ। ਹਾਲੀ ਆਪਾਂ ਇਹਦੇ ਵਿੱਚ ਆਪਦੀ ਲੂਣ ਮਿਰਚ ਐਡ ਕਰ ਦੇਣੀ, ਨਮਕ ਪਾ ਦਿੱਤਾ ਵਾ। ਨਾਲ ਇਹਦੇ ਵਿੱਚ ਆਪਾਂ ਲਾਲ ਮਿਰਚ ਅਤੇ ਹਲਦੀ ਐਡ ਕਰ ਦੇਣੀ ਆ। ਦੇਖ ਸਕਦੇ ਹੋ ਆਪਣੇ ਮਿੱਠੇ ਮਿੱਠੇ ਸੇਕ 'ਤੇ ਦਾਲ ਪੱਕਦੀ ਹੋਈ। ਹੁਣ ਆਪਾਂ ਲੂਣ ਮਿਰਚ ਪਾ ਕੇ ਦਾਲ ਧਰ ਦਿੱਤੀ ਆ ਅਤੇ ਇਹਨੂੰ ਆਪਾਂ ਮਿੱਠੇ ਮਿੱਠੇ ਸੇਕ 'ਤੇ ਪਕਾਉਂਦੇ ਰਵਾਂਗੇ। ਦਾਲ ਸਾਡੀ ਥੋੜ੍ਹੀ ਪੱਕ ਕੇ ਤਿਆਰ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਲਰ ਵੀ ਆ ਚੁੱਕਿਆ ਥੋੜ੍ਹਾ ਜਿਹਾ, ਅਤੇ ਦੇਖ ਸਕਦੇ ਹੋ ਥੋੜ੍ਹਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ ਦਾਲ ਨੂੰ। ਹੁਣ ਆਪਾਂ ਦਾਲ ਦੇ ਲਈ ਆਪਾਂ ਪਿਆਜ਼ ਕੱਟ ਰਹੇ ਹਾਂ, ਤੜਕਾ ਲਾਵਾਂਗੇ ਇਹਨਾਂ ਦਾ। ਚੰਗੀ ਤਰ੍ਹਾਂ ਧੋ ਲੈਣੇ ਆ, ਸਾਫ਼ ਕਰ ਲੈਣੇ ਪਿਆਜ਼ ਵਿੱਚ ਪਾਣੀ ਦੇ ਵਿੱਚ ਰੱਖ ਕੇ। ਪਿਆਜ਼ ਆਪਾਂ ਕੱਢ ਲਿਆ ਪਾਣੀ ਦੇ ਵਿੱਚ, ਥੋੜ੍ਹਾ ਜਿਹਾ ਕੱਟਣ ਲੰਘ ਜਾਂਦੀ ਹੈ ਪਾਣੀ ਦੇ ਵਿੱਚ ਹੁੰਦੀ ਇਹਦੇ ਵਿੱਚ ਪਿਆਜ਼ ਦੀ। ਤੜਕਾ ਲਾਉਣ ਲੱਗੇ ਹਾਂ, ਆਪਾਂ ਟਮਾਟਰ ਲਸਣ ਅਤੇ ਹਰੀ ਮਿਰਚ ਅਤੇ ਪਿਆਜ਼ ਆਪਾਂ ਕੱਟ ਲਿਆ। ਅਤੇ ਚਲੋ ਆਪਾਂ ਸਟਾਰਟ ਕਰਦੇ ਹਾਂ ਤੜਕਾ ਲਾਉਣਾ। ਦਾਲ ਨੂੰ ਪੈਨ ਧਰ ਲਿਆ ਵਾ ਇਹਦੇ ਵਿੱਚ। ਹੁਣ ਆਪਾਂ ਪਹਿਲਾਂ ਰਿਫਾਇੰਡ ਪਾਵਾਂਗੇ ਤੜਕਾ ਲਾਉਣ ਦੇ ਲਈ। ਜਿਹਨੇ ਥੋੜ੍ਹਾ ਜਿਹਾ ਗਰਮ ਹੋਣ ਦੇਵਾਂਗੇ, ਉਦੋਂ ਬਾਅਦ ਆਪਾਂ ਇਹਦੇ ਵਿੱਚ ਬਾਅਦ ਚੋਂ ਲਸਣ ਐਡ ਕਰਦੇ ਹਾਂ। ਤੇਲ ਆਪਣਾ ਗਰਮ ਹੋ ਚੁੱਕਿਆ, ਬਾਅਦ ਤੁਹਾਨੂੰ ਆ ਹੀ ਰਹੇਗੀ। ਹੁਣ ਇਹਦੇ ਵਿੱਚ ਆਪਾਂ ਜੀਰਾ ਐਡ ਕਰ ਦੇਣਾ ਗਾ ਅਤੇ ਨਾਲ ਹੀ ਆਪਾਂ ਇਹਦੇ ਵਿੱਚ ਅਜਵਾਇਣ ਐਡ ਕਰ ਦੇਣੀ ਹੈ। ਜੇਕਰ ਜਿੰਨਾ ਚਿਕਰ ਥੋੜ੍ਹਾ ਜਿਹਾ ਆਪਣਾ ਜੀਰਾ ਗੋਲਡਨ ਬਰਾਊਨ ਨਹੀਂ, ਥੋੜ੍ਹਾ ਚਿਕਰ ਆਪਾਂ ਇਹਨੂੰ ਥੋੜ੍ਹਾ ਜਿਹਾ ਕੁੱਕ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਲਸਣ ਐਡ ਕਰ ਦੇਣਾ ਉਹ। ਲਸਣ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦੇਣੇ ਆ। ਆਪਾਂ ਚੰਗੀ ਤਰ੍ਹਾਂ ਸੇਕ 'ਤੇ ਭੁੰਨਾਂਗੇ ਤਾਂ ਜੋ ਆਪਣੇ ਹੌਲੀ ਹੌਲੀ ਬਰਾਊਨ ਕਲਰ ਹੋ ਜਾਊਗਾ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਅਦ 'ਚੋਂ ਟਮਾਟਰ ਅਤੇ ਹਰੀ ਮਿਰਚ ਜਿਹੜੀ ਆਪਣੀ ਰਹਿੰਦੀ ਹੈ ਉਹ ਐਡ ਕਰ ਦਾਂਗੇ। ਅਤੇ ਦੇਖ ਸਕਦੇ ਹੋ ਆਪਣਾ ਤੜਕਾ ਭੁੱਜ ਰਿਹਾ ਵਾ। ਦੇਣੀ ਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣੀ ਨਾਲ ਲਾ ਕੇ। ਭੁੱਜ ਕੇ ਤਿਆਰ ਹੋ ਗਏ ਆ ਅਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਨੇ, ਤੁਸੀਂ ਦੇਖ ਸਕਦੇ ਹੋ ਟਮਾਟਰ ਆਪਾਂ ਐਡ ਕਰਤੇ। ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ। ਇਹਦੇ ਵਿੱਚ ਥੋੜ੍ਹੀ ਜਿਹੀ ਕਾਲੀ ਮਿਰਚ ਐਡ ਕਰ ਦੇਣੀ ਆ ਸਵਾਦ ਅਨੁਸਾਰ, ਅਤੇ ਟੇਸਟ ਵਧੀਆ ਹੋਊਗਾ। ਮਿਕਸ ਕਰ ਦੇਣੀ ਚੰਗੀ ਤਰ੍ਹਾਂ ਤਾਂ ਜੋ ਆਪਣੇ ਤੜਕੇ ਦੇ ਵਿੱਚ ਰਲ ਮਿਲ ਜਾਵੇ ਇਹ। ਲਾਇਆ ਸੀਗਾ, ਹੁਣ ਆਪਾਂ ਇਹਦੇ ਵਿੱਚ ਐਡ ਕਰਤਾ ਚੰਗੀ ਤਰ੍ਹਾਂ ਇਹਨੂੰ ਆਪਾਂ ਲਾ ਦੇਣਾ ਵਾ। ਦੇਖ ਸਕਦੇ ਹੋ ਤੁਸੀਂ ਤੜਕਾ ਆਪਣਾ ਰਲ ਗਿਆ। ਦੇਖ ਸਕਦੇ ਹੋ ਤੁਸੀਂ ਦਾਲ ਦੇ ਵਿੱਚ ਆਪਾਂ ਥੋੜ੍ਹਾ ਟੇਸਟ ਲਿਆਉਣ ਲਈ ਗਰਮ ਮਸਾਲਾ ਐਡ ਕਰਨ ਲੱਗੇ ਹਾਂ। ਦਾਲ ਆਪਣੀ ਬਣ ਕੇ ਰੈਡੀ ਹੋ ਗਈ ਹੈ ਅਤੇ ਹੁਣ ਆਪਾਂ ਮੱਕੀ ਦਾ ਆਟਾ ਗੁੰਨ ਲਿਆ ਵਾ ਅਤੇ ਨਾਲ ਆਪਾਂ ਮੱਕੀ ਦੀ ਰੋਟੀ ਲਾਵਾਂਗੇ। ਤਵਾ ਆਪਾਂ ਦੇਖ ਸਕਦੇ ਹੋ ਗੈਸ 'ਤੇ ਧਰ ਲਿਆ ਸੇਕ 'ਤੇ, ਅਤੇ ਚਲੋ ਆਪਾਂ ਰੋਟੀ ਬਣਾਉਣੀ ਸਟਾਰਟ ਕਰਦੇ ਹਾਂ। ਮੱਕੀ ਦੀ ਰੋਟੀ ਆਪਾਂ ਜਿਹੜੀ ਵਿਹਲੀ ਹੋਈ ਸੀ ਤਾਂ ਉਹ ਆਪਾਂ ਤਵੇ ਦੇ ਉੱਤੇ ਪਾਤੀ ਆ।
ਰੋਟੀ ਦੀ ਦੇ ਸਕਦੇ ਹੋ। ਆਪਣੀ ਬਾਂਦੀ ਤਿਆਰ ਹੋ ਗਈ ਹੈ, ਫੁੱਲ ਦੀ ਪਈ ਆ, ਦੇ ਸਕਦੇ ਹੋ। ਆਪਣਾ ਥਾਲੀ ਲੱਗ ਕੇ ਤਿਆਰ ਹੋ ਚੁੱਕੀ ਹੈ। ਇਹਨੂੰ ਕਹਿੰਦੇ ਨੇ ਸਰਦਾਰਾਂ ਦਾ ਖਾਣਾ, ਵੈਸ਼ਨੂੰ ਢੰਗ ਦੇ ਨਾਲ ਦੇ ਸਕਦੇ ਹੋ। ਵੈਸ਼ਨੂੰ ਥਾਲੀ ਬਣ ਚੁੱਕੀ ਹੈ ਆਪਣੇ ਦੇ ਵਿੱਚ। ਮੂਠਾਂ ਦੀ ਦਾਲ ਸਰਦੀਆਂ ਦੇ ਵਿੱਚ ਮੱਕੀ ਦੀ ਰੋਟੀ ਅਤੇ ਨਾਲ ਸਾਗ ਹੋਵੇ, ਦਾਲ ਹੋਵੇ, ਬਹੁਤ ਸਵਾਦਿਸ਼ਟ ਲੱਗਦੀ ਆ। ਅਤੇ ਇਸ ਦਾਲ ਨੂੰ ਬਣਾ ਕੇ ਦੇਖਿਓ, ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਜੀਏ ਅਤੇ ਵੀਡੀਓ ਨੂੰ ਲਾਈਕ ਕਰੋ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ।